तेन जी की हो गया मैं कम कर हल हूल बाहे खेती के तू कह दसा गया बापू जी तू रसोई धर दस अच्छा फिर उन्हें पूरे मैनू भी झटने का हाथ पे अच्छा तू देर देखी लग गया और मैं तो आप चौ चौ च लग गया देर मगर लग के मैं क्या समान के तू हाड़े हाड़े बीर पड़ के काम तो गया जी अपने आ ही हार रहे ना आप दोनों प्यो पुत एक सेंटर से भरती होव बापू सेंटर से भर जो मैं कहना उत जो हल हुल बन जाए सेंटर से चलिए यार सेंटर तो भुखे तो हरा रहे हाँ जी दोस्तों मेरे तो हो गया किट का भूत सवार क्योंकि जितना इस बार प्लेयर स्पॉट से 10 करोड़ तक के नाम आ गए हैं मैच सीजन से प्लेयर स्पॉट की विनिंग का भूत सब तो सवार होगा सो छेती ही प्लेयर स्पॉट फैंटसी गेमिंग ऐप डाउनलोड करो जो कि मेरी ही नहीं मेरी वर्गी 1 करोड़ होर लोगों का भी फेवरेट है तो इस सीजन की विनिंग का बहुत ज़्यादा वधिया तो फिर इंडिया के हर घर में होगा किट का भूत सवार प्लेयर स्पॉट से सिर्फ स्पोर्ट्स ही नहीं सगो बहुत ज़्यादा ईजी तो एंटरटेनिंग गेम्स भी खेल सकते हो जिमें कि लूडो रमी कॉल ब्रेक इदा दे 15+ एक्साइटिंग गेम्स तुम खेड के 50 लाख रुपए तक जित सकते हो हूँ तुम क्योंकि प्लेयर स्पॉट क्यों क्योंकि नंबर 1 10 करोड़ तक की विनिंग प्राइस तो रोज़ इदा के नवे नवे अलग ऑफरस नंबर 2 ईजली विदड्रॉल विद नो KYC नंबर 3 ये एंड्रॉयड तो iOS दोनों अवेलेबल आ लास्ट 1 करोड़ यूजरस तो ट्रस्टवर्दी तो सिक्योर है जमा तो इस मैच सीजन अपने दोस्तों भी इतने बुलाओ तो जितो रेफरेंट अर्न द बोनस सो हूँ लेट ना होवो तो नीचे दिते लिंक पर क्लिक करो तो प्लेयर स्पॉट इंस्टॉल करो तो टाकरा लो अपनी फेवरेट टीम नाल या अपनी फेवरेट गेम नाल लिंक इज इन द डिस्क्रिप्शन जी खेत बीज है वह बनाया सरताई पे भी बहुत घरे चल घरे जाके पैने पखे थले इस टाइम मेरे साथ मरन हो चल आया घरे जा मैं भी तोड़ दू फिर साढ़े पिंड जाया मैं तू बंद नहीं कर बंदा कहना नहीं सारे पिंड की बेइज्जती कराई जाता है बस जी पै गया सरकारी पूरा फुल जी दे टिकट माफ बुढ़िया बगैर थी मैं तो मंग रही फिर रिश्तेदारियां जी किधर आ गई दाड़ी तेरी भी पटाऊ है
ਤੇਰੇ ਸਾਹਮਣੇ ਨਹੀਂ ਬੋਲਿਆ ਹੈਗਾ ਅੱਛਾ ਇਹਨੂੰ ਹਲਦੀ ਹੋ ਜਾਏ ਦੁੱਧ ਪਿਆ ਦੀ ਕਿਉਂ ਮੁੱਕੀਆਂ ਗੁੱਜੀਆਂ ਲੱਗੀਆਂ ਨੇ ਕਨੈਕਟਰਾਂ ਨੇ ਇਹਦੇ ਹਾਂ ਤਾਂ ਬੋਲਦਾ ਲੱਗੇ ਇਹਦਾ ਮੈਂ ਉਥੋਂ ਮਸਾਂ ਲਾਹਿਆ ਬਸ ਚੋਂ ਚੱਲਦਾ ਮੈਂ ਦੇਰ ਤੋਂ ਜਾ ਗਿਆ ਤਾਂ ਬੋਲਦਾ ਤੋ ਤੂੰ ਹੀ ਹੈ ਕਾਟ ਮਾਰਿਆ ਹੋਊ ਨਸ਼ੇੜੀ ਦਾ ਬਣਾ ਰੱਖਿਆ ਤੁਸੀਂ ਓ ਆ ਲੈ ਬਾਪੂ ਤੂੰ ਕੀ ਹਰੇ ਲਾਉਣ ਲੱਗ ਗਿਆ ਨਾਲਾ ਤੂੰ ਹੀ ਚਿੰਬੜੀਆਂ ਨੇ ਕੂਜਣ ਤੂੰ ਤੇਰਾ ਕਿਵੇਂ ਆਉਣਾ ਹੋਇਆ ਇਹਨੂੰ ਤਾਂ ਗੱਲ ਨਹੀਂ ਪਤਾ ਬਾਪੂ ਕਦੋਂ ਆਇਆ ਸਿੰਦਰ ਨੂੰ 3 ਦਿਨ ਹੋ ਗਏ ਘਰੋਂ ਨਿਕਲੀ ਨੂੰ ਪਤਾ ਨਹੀਂ ਕਿਹੜੀ ਰਿਸ਼ਤੇ ਜਿਆ ਗੱਡੀ ਗਈ ਹੈ ਤੇ ਬਾਕੀ ਨੂੰ ਸਾਡੇ ਕੋਲ ਤਾਂ ਆਈ ਨਹੀਂ ਜਨ ਉਹ ਆਈ ਕੋ ਦੇਖਣ ਮੈਂ ਆਇਆ ਮੈਨੂੰ ਕੀ ਪਤਾ ਮੈਂ ਤਾਂ 2 ਦਿਨ ਹੋ ਗਏ ਦੰਦਾਂ ਪੈਂਦੇ ਨੂੰ ਘਰੇ ਚਲ ਪੁੱਤ ਉਹ ਤਾਂ ਠੀਕ ਹੈ ਮੈਂ ਆਇਆ ਸਮਝ ਨਹੀਂ ਜਵਾਕ ਨੂੰ ਕੌਣ ਆਉਂਦਾ ਕੌਣ ਉੱਠੀ ਫੋਨ ਲਾ ਜਰਾ ਪੱਪੂ ਆ ਕਾਣਾ ਪੁੱਛਣਾ ਨਹੀਂ ਤੈਂ ਆ ਦੇਖ ਨੋਹਾਂ ਚਾਟਾ ਕਿਵੇਂ ਫਸਿਆ ਉਹ ਤਾਂ ਦਾਦਾ ਪੁੱਤ ਠੀਕ ਹੈ ਪੀਲ ਕਾਦੀ ਆ ਉਹ ਜਦੋਂ ਹੁਣ ਖਾਣਗੇ ਫਰਗਣਗੇ ਵੀ ਮੈਂ ਹੀ ਸਾਫ਼ ਕਰਦਾ ਉਹ ਵੀ ਤਾਂ ਥਾਣੇ ਜਾਣ ਲੱਗੇ ਜੇ ਹੁਣ ਓਏ ਪੁੱਤ ਖਾਣ ਦੇ ਕਾਰੇ ਬਾਤ ਜਾਣਾ ਦਾ ਯਾਰ ਮੈਨੂੰ ਮੈਂ ਤਾਂ ਸਰਕਾਰ ਮੈਂ ਤਾਂ ਹੁਣ ਮਰਨ ਵਰਤੇ ਬੈਠੂ ਇਕੱਲੇ ਹੀ ਦਾ ਨਾ ਲਾਉਂ ਵੀ ਚਾਹੇ ਹੋਰ ਸਾਰੀਆਂ ਬੁੜੀਆਂ ਦਾ ਮਾਫ਼ ਕਰ ਦੇ ਪਰ ਮੇਰੇ ਸਾਰੇ ਮੇਰੇ ਘਰ ਵਾਲੀ ਦਾ ਲਾਉਣਾ ਚਾਹੀਦਾ ਉਹ ਸਾਰ ਰੁਪਇਆ ਵੱਧ ਲਾਉਂਗੇ ਰਹਿਣ ਦੇ ਤੂੰ ਮੈਂ ਤੂੰ ਵੀ ਫੋਨ ਤੇ ਤੂੰ ਗੁੱਸਾ ਨਾ ਕਰ ਘੋਰੇ ਦਾ ਤਾਂ ਜੇ ਤੇਰੇ ਲਿਆਉ ਸਭਾ ਕਿੱਧਰ ਮੈਂ ਕਹਿ ਦੂੰ ਪੁੱਤ ਫੋਨ ਤੇ ਹਣ ਯਾਤਰਾ ਦੀ ਰਹਿੰਦੀ ਹੈ ਉਹ ਪੁੱਤ ਕੋਲੇ ਪਾਸੇ ਪਾਣੀ ਲੈ ਕੇ ਉਹ ਪਾਣੀ ਨੂੰ ਮਾਰੋ ਗੋਲੀ ਬਾਪੂ ਮੈਨੂੰ ਹਲਦੀ ਦੁੱਧ ਲੈ ਕੇ ਦੇ ਉਹ ਪੁੱਤ ਦੁੱਧ ਕਾਦੇ ਵਾਸਤੇ ਹੈ ਮੈਂ ਨਾ ਪਰਸ ਹਮਣਾ ਰੇੜੇ ਤੋਂ ਡਿੱਗ ਜੇ ਪਿਆ ਉਹ ਰੇੜੇ ਦੇ ਤਾਂ ਨੂੰ ਬਾਪੂ ਆ ਦੇਖ ਇਹਦੇ ਆਲੇ ਮੁੱਕੇ ਪੈਂਦੇ ਗੁੱਜੀ ਹੱਟਾ ਮਾਰੇ ਤੇ ਥੱਲੇ ਢਾਡਾ ਹੀ ਕੁੱਟਿਆ ਜਿਹੇ ਬਹਾਦਰਪੁਰ ਬਹਾਦਰਪੁਰ ਅੱਡੇ ਦੀ ਵੀਡੀਓ ਹੀ ਵੀਰਾ ਹਾ ਤੇ ਕੋਣ ਯਾਦ ਵੀ ਕੁੱਟੂ ਤੋਂ ਇਹ ਮੇਰਾ ਸਾਲ ਮਾਂਗਰ ਦੀ ਵੀਡੀਓ ਕੌਣ ਬਣਾ ਗਿਆ ਛਾਤੀ ਜੇ ਲੱਤਾਂ ਮਾਰੇ ਛਾਤੀ ਜੇ ਦੇ ਢਾਡਾ ਕੇ ਥੱਲੇ ਆ ਦੇਖੋ ਤੂੰ ਕੱਟ ਤੇ ਮੁੜਦਾ ਗਾ ਪਰ ਨਹੀਂ ਉਹ ਪਤਾ ਗੱਲ ਕੀ ਬਾਪੂ ਪਤਾ ਮੇਰਾ ਲਿਹਾਜ ਦੀ ਕਨੈਕਟਰ ਬਾਹਲਾ ਹੀ ਚਰਵਾ ਮਿਲਦੀ ਸੀ ਕਾਲਜ ਤੋਂ ਬਾਅਦ ਉੱਚਾ ਉੜੀ ਲੱਗ ਕਰਨਾ ਗੱਲ ਦੱਸ ਕੀ ਹੋਈ ਇਹ ਕੀ ਹੋਇਆ ਦੀ ਇਹ ਤੂੰ ਸੱਚ ਦੱਸਾਂ ਫਿਰ ਹਾਂ ਉਹ ਜਦ ਦੋ ਤਿੰਨ ਬੁੜੀਆਂ ਬੈਠੀਆਂ ਨਾ ਆਧਾਰ ਕਾਰਡ ਜਾ ਕਰਿਆ ਮੂਰੇ ਇਹਨੇ ਬੇਬੇ ਦੀ ਤਾਂ ਭੇਜੋ ਤਰਾ ਮਾਫ ਹਾਂ ਮੈਂ ਨਾ ਯਾਰ ਤਾਂ ਸਸਤੀ ਹੈ ਕੰਮ ਮੈਂ ਰਾਸ਼ਨ ਰੂਸ਼ਨ ਕਾਰਡ ਲਈ ਫੜਦਾ ਆਧਾਰ ਕਾਰਡ ਪੈਨ ਕਾਰਡ ਮੈਂ ਸਾਰਾ ਕੁਝ ਮਰਿਆ ਮੱਥੇ ਦੇ ਅੱਛਾ ਇਹਦੇ ਸਾਹ ਨੂੰ ਇੱਥੇ ਫਿਰ 200 ਲੈ ਲਿਆ ਮੈਨੂੰ ਚੜ ਗਿਆ ਹੱਥ ਹੋ ਗਿਆ ਮੈਂ ਔਰ ਬੈਠਾ ਬਸ ਦੇ ਖੜਾ ਮੈਂ ਹੋ ਰਿਹਾ ਕਨੈਕਟਰ ਆ ਕਨੈਕਟਰ ਆ ਗਿਆ ਫਿਰ ਕਨੈਕਟਰ ਨਹੀਂ ਹੁਣ ਬੋਲੇ ਮਾਰੇ ਡਰਾਈਵਰ ਨੇ ਬ੍ਰੇਕ ਕੱਟੀ ਆ ਅੱਗੋਂ ਚੋਂ ਬ੍ਰੇਕਾਂ ਚੋਂ ਚੀਂ ਦੀ ਬਾਸ ਸੁਣ ਕੇ ਲਵੇ ਆਨੇ ਗੱਡੀਆਂ ਰੁਕ ਗਈਆਂ ਚਾਰ ਰੁਕ ਗਈਆਂ ਬੱਸਾਂ ਲੈ ਟੋਗ ਹੋ ਗਏ ਆਲੇ ਦਾਲੇ ਇਕੱਠੇ ਅੱਛਾ ਫਿਰ ਲੋਰ ਚੜ ਕੇ ਮੈਂ ਇੱਕ ਹੋਰ ਮਾਰਿਆ ਲਲਕਾਰਾ ਆਓ ਇੱਧਰ ਮਹਾਂ ਫਿਰ ਕੀ ਬਣਿਆ ਫਿਰ ਤਾਂ ਕੀ ਮਕਲਾਵਾ ਫਿਰ ਤਾਂ ਵੀਡੀਓ ਦੇਖ ਲਈ ਤੁਸੀਂ ਨੇ ਤੇ ਉਹਨੇ ਆ ਕੇ ਡਾੜਾ ਲੈ ਕੇ ਅੱਛਾ ਤੇ ਲੋਕਾਂ ਨੇ ਕੈਮਰੇ ਕੱਢ ਲਏ ਵੀਡੀਓ ਬਣ ਗਈ ਆ ਬੈਠਾ ਤੁਹਾਡੇ ਮੁਰੇ ਚਲ ਹਾਲ ਦੀ ਤੂੰ ਲਿਆ ਦੋਣਾ ਕੁੱਤੇ ਦਾ ਤੁਸੀਂ ਕੁਝ ਨਹੀਂ ਦੇਖ ਲਈ ਦੁੱਧ ਲੈ ਕੇ ਆਏਗਾ ਤੂੰ ਬਾਪੂ ਐ ਕਰ ਇਹਦਾ ਲਹਾ ਕੇ ਨਾ ਮਣ ਮੋਟਾ ਦੇਖ ਆ ਲੈ ਸੇਕ ਸੁਕ ਦੇ ਦੇ ਇਹ ਤਾਂ ਪੱਖੇ ਪੁੱਛਾ ਬਿਠਾ ਕੇ ਹੋਣੀ ਤੇ ਮਾਰ ਮਾਰ ਉਸ ਤੇ ਲੋਕਾਂ ਨੇ ਉਹ ਜਾ ਪੁੱਤੇ ਜਾ ਪਰਾਉਣੇ ਆ ਉਹ ਬੁੜੀ ਨੇ ਰਾਜੀ ਕੀਤੀ ਫਤਾ ਤੂੰ ਬਾਪੂ ਐ ਮਨ ਅੱਜ ਤਾਂ ਜੇ ਜਾਣੀ ਐ ਅਸਿਆ ਪਿੱਛੇ ਦੀ ਤਨਕ ਲੋ ਪੁੱਕੀ ਪੁੱਕੀ ਉਹ ਪੁੱਕੀ ਓਏ ਹੋਰ ਮੇਰੇ ਸਾਰੇ ਗੁਰਦੁਆਰੇ ਪੜਾਇਓ ਤੇ ਡੰਡ ਫੋਨ ਲੱਗ ਗਏ ਉਹਨਾਂ ਫੜਾ ਦੇ ਮੈਨੂੰ ਓਏ ਮੈਂ ਮੇਰਾ ਦਿਮਾਗ ਕੰਮ ਕਰ ਗਿਆ ਜੀ ਫਿਰ ਅਸਿਆ ਮਹਾਂ ਜੀ ਅਸੀਂ ਬਸ ਚਲੇ ਗਏ ਬੈਗ ਐਂ ਤਾਂ ਕੋਈ ਪੋਸੜਾ ਫੜ ਲੇ ਹਾਂ ਭਾਈ ਮੈਂ ਪਾ ਕੇ ਬੁੱਢੇ ਨੇ ਬੈਗ 'ਚ ਇੱਕ ਸਿਆਣੀ ਉਮਰ ਦੀ ਬੇਬੇ ਹੀ ਬੈਠੀ ਅੱਛਾ ਤੇ ਮਹਾਂ ਫੜੀ ਮਹਾਂ ਮੇਰੇ ਜਵਾਕਾਂ ਨੇ ਕਸੇ ਜੋਗੇ ਇਹ ਵੀ ਤਾਂ ਫੜ ਲੈ ਪੜ ਕੇ ਰੱਖਿਆ ਜਿਵੇਂ ਮੈਂ ਉੱਤਰ ਨਹੀਂ ਲੱਗ ਬੈਠਾ ਪਿਆ ਰਿਹਾ ਬੈਗ ਤਾਂ ਬੁੜੀਆਂ ਨੇ ਕਿਹੜਾ ਸੱਕ ਕਰਦਾ ਤੂੰ ਹਾਂ ਉੱਤਰ ਲੱਗੇ ਮੈਂ ਲੈਵੇ ਫੜਾ ਮੇਰਾ ਸਾਲਾ ਕਨੈਕਟਰੀ ਨਾਲ ਪੈ ਗਿਆ ਪੰਗਾ ਮੈਨੂੰ ਐ ਮਲ ਬਾਬਾ ਨਾਲ ਪਾੜ ਜੇ ਵਿੱਚੋਂ ਪਤਾ ਨਹੀਂ ਫੜ ਕੇ ਰੱਖਿਆ ਉੱਤੋਂ ਕੰਟੇ ਮੇਰੇ ਰਾਣਾ ਪਈ ਗਏ ਨੇ ਪਰ ਇਹਦੇ ਉੱਕੀ ਛੱਡੀ ਲੈ ਜਾ ਲਵਾ ਦਾ ਮੈਂ ਮਰ ਲਵਾ ਕੀ ਰੱਖੀਏ ਦਿਖਾ ਦੇ ਗਏ ਹਟ ਜਾ ਹੂੰ ਹੀ ਹਟ ਕੇ ਤੁਸੀਂ ਕੀ ਲਵਾ ਨਾ ਕੱਟ ਦੋ ਤਾਂ ਲਿਓ ਦੁੱਧਾ ਬਣਾ ਲਿਆ ਦੁੱਧ ਆਪੇ ਹੀ ਦੇ ਤੂੰ ਕਿੱਥੇ ਘਰ ਆਉਂਦੀ ਮੈਂ ਹੋਰ ਪ੍ਰਾਣਾ ਉਹ ਪ੍ਰਾਣਾ ਮੇਰੀ ਗੱਲ ਇਹੀ ਚੀਜ਼ ਲੁਕੋ ਕੇ ਰੱਖਣ ਵਾਲੀ ਹਾਂ ਤਾਂ ਮੇਰੇ ਸਾਹਮਣੇ ਲੋਕਾਂ ਨੇ ਨੱਕਾ ਕੀ ਨਾਪ ਫੜ ਕੇ ਲੈਣ ਹੋਰੇ ਕਿਹਾਂ ਕਰ ਲੱਕ ਉਹ ਨੱਕ ਬਹੁਤ ਦੇ ਨੇ ਤਾਂ ਦੇਖ ਮੈਂ ਤਾਂ ਬੋਲਾਂ ਅੱਛਾ ਇਹ ਬਾਪੂ ਕਾਰ ਤਾਂ ਲਾ ਲੇ ਕਿ ਹੈ ਕਾਰ ਤਾਂ ਲਾਵਾਂਗੇ ਮੇਰੀ ਗੱਲ ਸੁਣ ਬਾਪੂ ਇਹ ਨਾ ਪੇਟੀ ਚ ਪਾ ਦੇ ਮੰਮੀ ਆਈ ਚ ਔਰ ਆਪਣੇ ਹੁਣ ਕਣਕਾਂ ਕਣਕਾਂ ਵੱਟਾਂਗੇ ਕੰਮ ਲੋੜ ਪੈਂਦੀ ਰਹੂ ਇਹਦੀ ਹਾਂ ਹਾਂ ਜਿੰਨੀ ਮਰਜ਼ੀ ਮਹਾ ਹਾਂ ਬਾਪੂ ਤਾਂ ਪਾਣੀ ਲੈ ਕੇ ਆਉਂਦੀ जी करा ना मैं मोटरसाइकिल पाला की ना करना ਮੋਟਰਸਾਈਕਲ ਨੂੰ ਮੈਂ ਤੋਂ ਚਲ ਕੇ ਆਈ ਜਵਾਂ ਚਲ ਕੇ ਆਈ ਜਵਾਂ ਬਾਸ ਮੈਨੂੰ ਹੀ ਰੱਖ ਲਿਆ ਬੇਟਾ ਜਿਉਂ ਦਾ ਰਹੇ ਟੋਣਾ ਵੀ ਪਰੇ ਕਿੱਥੋਂ ਸਮਾਨ ਲੈ ਕੇ ਆਇਆ ਵਾਹ ਵਧੀਆ ਮੈਂ ਕਹਿੰਦਾ ਆਪਰ ਖੇ ਚਲ ਕੇ ਪਈਏ ਨਾ ਸਾਵੇਂ ਸਾਵੇਂ ਇਹ ਹਵਾ ਚੱਲ ਨਜ਼ਾਰਾ ਜਿਹੜਾ ਹਵਾ ਤੂੰ ਪਰੇ ਸਾਵੇਂ ਅੱਜ ਹੋਰ ਚੱਲ ਨਾ ਲਾ ਜਾ ਤੂੰ ਨਾ ਚੱਲ ਪਰੋਣਾ ਓਏ ਓ ਪਰੋਣਿਆ ਅੱਜ ਮੈਂ ਜਿਹੜਾ ਖੇ ਚਲ ਕੇ ਆਇਆ ਆਇਆ ਓ ਪਰੋਣਿਆ ਮੈਂ ਬਸ ਅੱਡਾ ਆਉਣਾ ਚੱਲਿਆ ਪਰ ਤੂੰ ਕਿੱਥੇ ਜਾਣਾ ਰਾਜ ਕਿਉਂ ਹੋਰ ਤੂੰ ਰਹਿ ਲੈ ਹੋਰ ਪਰ ਹੁਣ ਸਾਰਾ ਸਾਰਾ ਵੱਢ ਲਈ ਉਹਨਾਂ ਨੇ ਮੈਂ ਕੰਮ ਤਾਂ ਸਾਹਮਣਾ ਹੈ
बाबू चाबी तो मैं घड़ी भुले आया एक टाइम तो मैं दसा आप जवानी पा गल नशे की गल जो मैं जवानी पा ट्रक जो ट्रक मेरी भुखी खाधी हुई मैंने पूरा नशा मैं ट्रक ली जाना मेरे बाथरूम का जोर पै गया जोर मार झूठे ट्रैक्टर दो ने ट्रोजन पा लिया निकल मैं पहले मैं खड़ा देखी गया देखी है महा चल कर कर लेने चौजा पूरा कड़न गए मेनू चीची चढ़ गई बैठे बैठे ताड़िया मारनो पता नहीं की कि जोर कदों आया जेबीसी आ गई हां पुराना गल एक हो सुन ला हां बापू साडे गवां दे ना गड्डा फस गया तीन का ठोके पाना मैं जान सारी मैं जान सारी मैं खा भी ला मैं लाऊ सहारा मगरों मोढ़ा एक पासे तू लाई बात आज पता पता लगे भुक्की टके हुए थे मैं कहना मैं मोढ़ा ला लिया है खड़ा हो मगरों उन्होंने बल्द हाथ लाते गड्डा निकल गया मैंने साबा से देना गठिया पा मैं परा रहो बापू गड्डिया गोडिया गल पुरानी पुराने जमाने का लोग देख दुख खाते कड़ा करू है ना जाना लोगों पर अजकल तो सुरमा जमन ही बड़ा औखा है होर तेन नवी गल सुना जमा सलाह शराह अपने पिंड लवे ना एक मेला होंगे भाई जवाब झूठे ले जाना मैं थले खड़ा है ना अपन जो डर जला माड़ा जा मैं थले खड़ा पटा हो भाई पटा ले गया पता नहीं भाई की तेल मुक गया तेल मुक गया ट्रैक्टर दा भाई जवाक तहां खड़े चलो फिर खड़ गया तहां बचाले खड़ गया अच्छा चीका मान बुनिया अद्दे बिच ही मूतरा जवाकां ने होर ए मैं थल्ले मैं यार हुण की कीता जावे अच्छा मारया कार्ड ओदी मेरे अच्छा मतलब गीजे च रखदा हरया कार्ड में अच्छा मैं करो उनां नूं आखेड़े चलाउंदे चूल्हा मैं परा होयो कण तक खिच लिया पटा हो गया पटे ते मेरे सम्मानित किया मेनू इना जोर तजते मुंडे च मैं देखी नहीं कदे देख ला इना हुक्म कबूतर जाके बह गए टैंकी टैंकी ने पानी हां बनती बनती ढूला बनया हो जाके बैठो कबूतर सारे टब्बर दरता पै गया बापू नु दिती थापी बड़े बापू नु बापू नु हां अच्छा बापू ने मारे छड़ के दो काल देखन सारी भी कुतर तां बैठे ने हां अच्छा जी ओए चढ़ के टूरे राहे तां जमा सिखर जा टैंकी ते देख ला
जाके भाई वो लै गया नाल पल्ली ओट उट करके उन्हें फड़ दे गया कबूतर भाई फड़े हुए कबूतर थलो मिस्त्री ने टूला खोलता हो गया भाई थले ओदे आले दुआले कट टैंकी दे उतर किवें होणा हां भी किवें देखा है किवें उतर बुड़ा भाई बुड़ा हटा गाड़ी देखे जा काम नु ओ सुखेड़ा बंदा बड़ा दिमाग हुंदा सही है बापू ने करया मारी निगाल दुआले कौन देंगे भाई हेलीकॉप्टर पाले कबूतर कीते च खड़े खड़े नी पाले हाथ हेलीकॉप्टर नु थलो हेलीकॉप्टर नु हाथ पाया हेलीकॉप्टर नु फाड़ दिया थलो फेर कीते भाई सुने कबूतर सुने बापू ठोके अंबरसर हेलीकॉप्टर ने अगले दिन उसे सम्मान किया फिर बापू नू कोई आप बने थोड़े मूहरे हाथ क्या थोड़े ठार टब्बर वेंचर बने खड़े तुझे तू ही कप्पी मेरा हाथ अगर भाई जड़ी गल सच है वो सच्ची तो सही होगी बड़ा गल सच्ची है सब सरदा मारो कप्पा हेलीकॉप्टर को मत पे यू और सच्ची का पता झूठ बोल रहा है ओ टाइम आ जा हेलीकॉप्टर नहीं मैं थोड़ा मुंह ही नहीं है यार यार हूं कप्पा ने कच्ची करना हेलीकॉप्टर हाथ में पे यू अपनी गल है यकीन नहीं मानता मेरी गल यकीन कर लो जी गल दा हां कर दे ने बुक कह दिया मेरी गल सुनने नाल ओए मेरी दो दिन खा के 5000 दी बुकी ₹100 दे ओए जेड़ी बुकी खा के ਕਿਹੜੀ 5000 ਦੀ ਬੁੱਕੀ ਪੋੜਾ ਉਹ ਦੂਜੀ ਖਾਦੀ ਤੇਰਾ ਬੈਗ ਖੋਲ ਓਏ ਦੂਜੀ ਵੀ ਨਹੀਂ ਤਾਂ ਕਿਹੜੀ ਦੂਜੀ ਬੁੱਕੀ ਕਿੱਥੇ 10000 ਦੀ ਬੁੱਕੀ ਆ ਉਹ ਉਹੀ ਨਾ ਮਾਰੀ ਪਕਾਈ ਆਉਂਦੀ ਇੱਥੇ ਪਈ ਉਹ ਵਿੱਚ ਪਈ ਸਾਨੂੰ ਨਹੀਂ ਪਤਾ ਉਹੀ ਤੋਹਾ ਦੇ ਪਈ ਵਾਲੇ ਪਈ ਆ ਕਿਹਦੇ ਕੱਪੜੇ ਪਾਤੇ ਚ ਓਏ ਸਾਨੂੰ ਕੀ ਪਤਾ ਓ ਅਸਿਆ ਅਸੀਂ ਉਹ ਤਾਂ ਹੀ ਰੰਗਾਂ 'ਚ ਹੋਏ ਬੈਠੇ ਓਕੇ ਰੁਪਏ ਦਾ ਮੇਰੇ ਓਏ ਨਾ ਨਾ ਭਾਈ ਸਾਡੇ ਕੋਲ ਨਹੀਂ ਹੈਗੇ ਰੁਪਏ ਲੈ ਸਾਡੇ ਕੋਲੇ ਪੈਸੇ ਪਾ ਦੇ ਅਸੀਂ ਤੇਰੀ ਪੁੱਤ ਸਾਨੂੰ ਨਾ ਲੱਗਦੀ ਹਾਂ ਤੇਰੀ ਆਸਤਰੀ ਨੂੰ ਮੈਂ ਇਥੋਂ ਪਿੰਡੋਂ ਪੰਚਾਇਤ ਲੈ ਕੇ ਉਹਨਾਂ ਹੀ ਫੇਰ ਕੋਨ ਦੱਸ ਲੈ 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 ਓ ਯਾਰ ਚੂਜੀ ਨੂੰ ਮਾਰ ਦੀ ਲਿਆ ਯਾਰ ਅਸੀਂ ਡਾਂਕਾ ਯਾਰ ਹੁਣ 10 ਤਰੀਕ ਯਾਦ ਰੱਖਿਓ ਜੀ ਠੀਕ ਹੈ ਮਹਾ ਸਾਹ ਕੋ ਜਿਆਦਾ ਪਾਦਾ ਓਏ ਪਾਦਾ ਜੋਣ ਬਲੰਗ ਸੌਰੇ ਆ ਭੁੱਕੀ ਕੋਈ ਨਾ ਬਲੰਗ ਸੌਰੇ ਨੇ ਭੁੱਕੀ ਖਾ ਕੇ ਲੈ ਪਰੌਣੇ ਦੀ ਖਾ ਗਏ ਓਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਰੌਣੇ ਦੇ ਸੱਪ ਤਾਂ ਹਰਖੇ ਬਾਲਾ ਮਾੜੇ ਨੇ ਤਾਂ ਪੁੱਛਾਂ ਜਗਾਨ ਨਹੀਂ ਜਾਂਦੇ ਆਈ ਤੇ ਇਹਨੂੰ ਮੈਂ ਕਰ ਨੋਟ ਆਇਆ ਓ ਤੂੰ ਤਾਂ ਗਰਮੀ ਘੱਟ ਕਰ ਥੋੜੀ ਜੀ ਮੈਂ ਕਹੂੰ ਭੁੱਕੀ ਨਹੀਂ ਹੈਗੀ ਇੱਕ ਟਾਈਮ ਗਰਮੀ ਕਰ ਰੱਖੀ ਐ ਕਾਰਡ ਹੁੰਦਾ ਮੌਜਾਂ ਨਹੀਂ ਆਦੇ ਤੁਰੇ ਆ ਕਿਹੜਾ ਹੁੰਦਾ ਰੋਕ ਦੇ ਪਈ ਮਣ ਭਰਤੀ ਦੀ ਆਹੋ ਟ੍ਰੇਨਿੰਗ ਜੀ ਚੱਲਦੀ ਭਰਤੀ ਦੀ ਟ੍ਰੇਨਿੰਗ ਆਪਣੇ ਇੱਥੋਂ ਨਹੀਂ ਕੈਂਪ ਲੱਗਿਆ ਸੀ ਭਰਤੀ ਦਾ ਤੂੰ ਮੇਰੇ ਪੈਸੇ ਦੇ ਯਾਰਾ ਤੈਨੂੰ ਸਾਰੇ ਪਿੰਡ ਦੇ ਸਲਾਹਦਾ ਫਿਰ ਗਿਆ ਉਹ ਨਹੀਂ ਮੈਂ ਉਹੀ ਕੰਮ ਕਰਨਾ ਸੀ ਆਪਣਾ ਉਰੇ ਉਹ ਆਪਣੇ ਸਹੁਰੇ ਖੜੇ ਨੇ ਉਹਨਾਂ ਨੂੰ ਭੁੱਕੀ ਬੇਚੀ ਆਪਣੀ ਉਹਨੂੰ 10000 ਕਹਿਤਾ 10000 ਤੋਂ ਵੱਧ ਦੋ ਦੋ ਆਪਾਂ ਆਪਣਾ ਬਣ ਜੂਗਾ ਭੁੱਕੀ ਸਸਤੀ ਜੀ ਭਾਈ ਉਹਨੂੰ ਫੜ ਲੈ ਪੈਸੇ ਉਹ ਉਹਦਾ 4 ਦਿਨ ਨੂੰ ਗਏ ਨੇ ਉਹ ਹਾਂ ਹੁਣ ਕੋਈ ਹੁਣ ਲੜਾਈ ਲੈਣੇ ਕਹਾਂ ਕਹਦੇ ਯਾਰ ਹੋਰ ਉਹ ਦੱਸ ਓਏ ਤੂੰ ਹੁਣੀ ਆ ਜਾ ਹੁਣੀ ਐ ਭਾਈ ਆ ਬਣ ਕੇ ਕੰਮ ਮੈਨੂੰ ਇਹ 4 ਦਿਨ ਗਏ ਸੀ ਆ ਹੁਣੀ ਬਣ ਲੈ ਫੜਦਾ ਭੱਜਾ ਚੰਗਾ ਠੀਕ ਹੈ ਉਹ ਜੀ ਗਾਹੂ ਗਾਹ ਕਹਿ ਗਏ ਨੇ ਹਾਂ ਗਾਹਾਂ ਨੂੰ ਮੈਂ ਤਾਂ ਹੁਣ ਮੈਨੂੰ ਤਿਆਰੀ ਚੱਲਦੀ ਮੈਂ ਤਾਂ ਕੰਮ ਛੱਡ ਰਿਹਾ ਭਰਤੀ ਕਰਕੇ ਮੈਂ ਹੁਣ ਵੀ ਭੱਜ ਗਈ ਨਾ ਤੂੰ ਲੈਟ ਦੱਸ ਲੈ ਆਵਾਂਗਾ ਭਰਤੀ ਨੂੰ ਟੈਬ ਲੱਸੀ ਭਾਲਦਾ ਪ੍ਰਾਹੁਣਾ ਹੱਥ ਆਉਂਦਾ ਤੁਹਾਡੇ